ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਲੋਕਾਂ ਦੀ ਸਿਹਤ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਪੰਜਾਬ ਦੇ ਕੈਦੀਆਂ ਲਈ ਵੀ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਅੱਜ ਪੰਜਾਬ ਦੇ ਸਮੂਹ ਜੇਲ੍ਹਾਂ ਵਿੱਚ ਇੱਕ ਮੈਡੀਕਲ ਚੈੱਕਅਪ ਸ਼ੁਰੂ ਕੀਤਾ ਗਿਆ, ਜਿਸ ਵਿੱਚ ਜੇਲ੍ਹਾਂ 'ਚ ਬੰਦ ਕੈਦੀਆਂ ਨੂੰ 5 ਬਿਮਾਰੀਆਂ ਦੇ ਰੋਕਥਾਮ ਅਤੇ ਬਚਾਓ ਲਈ ਟੈਸਟ ਕੀਤੇ ਗਏ ਅਤੇ ਫਾਜ਼ਿਲਕਾ ਵਿੱਚ ਵੀ ਕੀਤਾ ਗਿਆ, ਜਿਸ ਵਿੱਚ ਫਾਜ਼ਿਲਕਾ ਦੇ ADC ਮੈਡਮ ਅਵਨੀਤ ਕੌਰ, ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਵਨੀਤ ਕੌਰ ਸਿੱਧੂ ਮੈਡਮ ਅਤੇ ਸਿਵਲ ਸਰਜਨ ਡਾਕਟਰ ਬਬਿਤਾ ਵਿਸ਼ੇਸ਼ ਤੌਰ 'ਤੇ ਪੁੱਜੇ। ਉਹਨਾਂ ਦੇ ਨਾਲ ਡਾਕਟਰ ਨੀਲੂ ਚੁੱਗ, ਡਾਕਟਰ ਕਵਿਤਾ ਸਿੰਘ, ਡਾਕਟਰ ਐਰਿਕ ਅਤੇ ਸਿਵਲ ਹੋਸਪਿਟਲ ਦੀ ਪੂਰੀ ਟੀਮ ਪੁੱਜੀ, ਜਿੱਥੇ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੀ 5 ਤਰ੍ਹਾਂ ਦੀ ਬਿਮਾਰੀਆਂ ਦੇ ਟੈਸਟ ਕੀਤੇ ਅਤੇ ਜੇਲ੍ਹ ਵਿਭਾਗ ਵੱਲੋਂ ਬਣਾਈ ਗਈ ਗੁਰੂ ਨਾਨਕ ਬਗੀਚੀ ਵੀ ਵੇਖੀ ਗਈ ਅਤੇ ਬਣਾਈ ਗਈ ਗੁਰੂ ਨਾਨਕ ਬਗੀਚੀ ਲਈ ਜੇਲ੍ਹ ਦੇ ਸੁਪਰਡੈਂਟ ਦੀ ਸ਼ਲਾਘਾ ਕੀਤੀ। ਅਤੇ ਇੱਥੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ, ADC ਅਤੇ ਸਿਵਲ ਸਰਜਨ ਨੇ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। ਅੱਜ ਇਹ ਪੰਜਾਬ ਸਰਕਾਰ ਅਤੇ ਹੈਲਥ ਡਿਪਾਰਟਮੈਂਟ ਦਾ ਇੱਕ ਜੋ ਨਵਾਂ ਉਪਰਾਲਾ ਹੈ, ਜੇਲ੍ਹਾਂ ਦੇ ਵਿੱਚ ਜਿੰਨੇ ਵੀ ਇਨਮੇਟਸ ਨੇ ਉਹਨਾਂ ਨੂੰ ਵੱਖ ਵੱਖ 5 ਬਿਮਾਰੀਆਂ ਲਈ ਸਕਰੀਨਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਅੱਜ ਅਸੀਂ ਇੱਥੇ ਇਹਦੀ ਸ਼ੁਰੂਆਤ ਕੀਤੀ ਹੈ ਅਤੇ ਇੱਥੇ ਜਿਹੜੇ ਵੀ ਕੈਦੀ ਇਹਨਾਂ ਬਿਮਾਰੀਆਂ ਤੋਂ ਪੀੜਿਤ ਪਾਏ ਜਾਂਦੇ ਨੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਅਤੇ ਬਹੁਤ ਹੀ ਅੱਛਾ ਇੱਕ ਉਪਰਾਲਾ ਹੈ ਜਿਹਨੂੰ ਇੱਥੇ ਬਹੁਤ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਫਾਜ਼ਿਲਕਾ ਜੇਲ੍ਹ 'ਚ। ਅੱਜ ਉਹ ਜਿਹੜਾ ਵਾਇਰਸ ਲੋਡ ਦਾ ਟੈਸਟ ਹੈ ਉਹ ਵੀ ਮਤਲਬ ਕਿ ਸਿਵਲ ਹੋਸਪਿਟਲ 'ਚ ਫ੍ਰੀ ਕੀਤਾ ਜਾ ਰਿਹਾ ਅਤੇ ਉਹਦੇ ਜਿੰਨਾ ਵੀ ਟ੍ਰੀਟਮੈਂਟ ਹੋਏਗਾ ਅਪ ਟੂ ਐਂਡ ਉਹਦੇ ਰਿਕਵਰੀ ਤੱਕ ਉਹ ਫ੍ਰੀ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ। ਹਾਂਜੀ ਹਾਂਜੀ ਬਿਲਕੁਲ, ਟੀਮਾਂ ਦਾ ਗਠਨ ਕੀਤਾ ਗਿਆ ਸਾਡੇ ਵੱਲੋਂ, ਜਿਹੜੀਆਂ ਹੈਗੀਆਂ ਉਹ ਟੀਮਸ ਬਣਾਈਆਂ ਗਈਆਂ ਅਤੇ ਜਿਹਦੇ ਇੰਚਾਰਜ ਜਿਹੜੇ ਹੈਗੇ ਆ ਉਹ ਸਾਡੇ ਚੈਸਟ ਐਂਡ TB ਦੇ ਮਾਹਿਰ ਡਾਕਟਰ ਨੀਲੂ ਹੈਗੇ ਆ ਅਤੇ ਬਾਕੀ ਸਾਰੀਆਂ ਟੀਮ ਸਾਡੀਆਂ ਜਿਹੜੀਆਂ ਹੈਗੀਆਂ ਉਹ ਸਿਵਲ ਹੋਸਪਿਟਲ ਤੋਂ ਆਉਣਗੀਆਂ ਅਤੇ ਇਹਨਾਂ ਦਾ ਸੀਕੁਐਂਸ ਵਾਈਜ਼ ਜਿਹੜੇ ਹੈਗੇ ਆ ਟ੍ਰੀਟਮੈਂਟ। ਪਰੇਜ਼ ਇਹ ਟੱਚ ਕਰਨ ਨਾਲ ਤਾਂ ਕੋਈ ਵੀ ਨਹੀਂ ਹੁੰਦੀ ਡਿਸੀਜ਼, ਬਾਕੀ ਜੇਲ੍ਹਾਂ ਦੇ ਅੰਦਰ ਤਾਂ ਆਪਾਂ ਨੂੰ ਪਤਾ ਹੈ ਜੇਲ੍ਹਾਂ ਦੇ ਅੰਦਰ ਤਾਂ ਕੋਈ ਇੰਜੈਕਟੇਬਲ ਇਹਨਾਂ ਨੂੰ ਮਿਲਣਾ ਨਹੀਂ ਅਤੇ ਇਹਨਾਂ 'ਚੋਂ ਕੋਈ ਵੀ ਡਿਸੀਜ਼ ਇਹੋ ਜਿਹੀ ਨਹੀਂ ਹੈਗੀ, ਸਿਰਫ ਇੱਕ TB ਨੂੰ ਛੱਡ ਕੇ ਜੇ TB ਦੀ ਕੋਈ ਜ਼ਿਆਦਾ ਡਿਸੀਜ਼ ਹੋਈ ਤਾਂ ਉਹਨੂੰ ਨੈਚੁਰਲ ਹੈ ਉਹਨੂੰ ਹੋਸਪਿਟਲ 'ਚ ਸ਼ਿਫਟ ਕੀਤਾ ਜਾਊਗਾ ਜਾਂ ਕੰਟੈਜੀਅਸ ਪੇਸ਼ੈਂਟ ਹੋਇਆ ਤਾਂ, ਅਦਰਵਾਈਜ਼ ਇੱਕ ਦੂਜੇ ਨੂੰ ਹੱਥ ਲਾਉਣ ਨਾਲ ਜਾਂ ਇੱਕ ਦੂਜੇ ਦੇ ਨਾਲ ਖਾਣਾ ਖਾਣ ਨਾਲ ਇਹ ਡਿਸੀਜ਼ ਨਹੀਂ ਹੁੰਦੀਆਂ। ਹਜੇ ਤਾਂ ਜਿਹੜਾ ਹੈਗਾ ਨਾ ਇਹ ਸ਼ੁਰੂ ਕਰਨਾ, ਵੈਸੇ ਇਹ ਜਿਹੜਾ ਡਾਟਾ ਹੁੰਦਾ ਇਹ ਕੌਨਫੀਡੈਂਸ਼ੀਅਲ ਹੁੰਦਾ, ਇਹ ਮਤਲਬ ਕਿ ਜਿਹੜੀ ਪੇਸ਼ੈਂਟ ਦੀ ਸੀਕਰੇਸੀ ਹੈ ਪ੍ਰੋਟੋਕੋਲ ਦੇ ਅਕੋਰਡਿੰਗਲੀ ਇਹਨੂੰ ਮੇਨਟੇਨ ਕੀਤਾ ਜਾਏਗਾ। ਇਹ ਇੱਕ ਬੈਸਟ ਸਰਵਿਸ ਹੈ ਅਤੇ ਬੈਸਟ ਉਪਰਾਲਾ ਜਿਹੜਾ ਹੈਗਾ ਇਸ ਟਾਈਮ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅਤੇ ਇਹ ਇਮੀਡੀਏਟਲੀ ਪੂਰੇ ਪੰਜਾਬ 'ਚ ਜਿਹੜਾ ਸਾਰੀਆਂ ਜੇਲ੍ਹਾਂ ਜਿਹੜੀਆਂ ਹੈਗੀਆਂ ਉਹ ਕਵਰ ਕੀਤੀਆਂ ਜਾਣਗੀਆਂ ਇਹਨਾਂ 5 ਬਿਮਾਰੀਆਂ ਲਈ। ਅਤੇ ਜੇ ਬਿਮਾਰੀ ਮਤਲਬ ਕਿ ਇਹ ਜਿਹੜੀਆਂ 5 ਬਿਮਾਰੀਆਂ ਹੈ ਇਹ ਮੋਸਟਲੀ ਡਰੱਗ ਅਡਿਕਸ਼ਨ ਨਾਲ ਪੇਸ਼ੈਂਟਸ ਨੂੰ ਹੁੰਦੀਆਂ, ਡਰੱਗ ਅਡਿਕਸ਼ਨਸ ਜਾਂ ਸੈਕਸੁਅਲ ਰਿਲੇਸ਼ਨਸ ਬਣਾਉਣ ਨਾਲ ਹੁੰਦੀ ਹੈ। ਅਤੇ TB ਦੀ ਬਿਮਾਰੀ ਤਾਂ ਵੈਸੇ ਹੀ ਮਤਲਬ ਕਿ ਐਟਮੋਸਫੇਅਰ ਖਰਾਬ ਹੋਣ ਨਾਲ ਵੀ ਹੋ ਜਾਂਦੀ ਹੈ, ਪਰ ਇਹ ਹੈ ਵੀ ਜੇ ਡਿਟੈਕਟ ਹੋ ਜਾਣਗੀਆਂ ਤਾਂ ਇਹਨਾਂ ਦਾ ਇਸ ਟਾਈਮ ਅੱਜ ਦੇ ਟਾਈਮ 'ਚ ਇਹਨਾਂ ਦਾ ਇਲਾਜ ਹੈਗਾ ਅਤੇ ਉਹ ਸਾਰਾ ਇਲਾਜ ਜਿਹੜਾ ਹੈਗਾ ਸਿਵਲ ਹੋਸਪਿਟਲਸ 'ਚ ਮੁਫਤ ਹੋ ਰਿਹਾ, ਪਹਿਲੇ ਇਲਾਜ ਸੀਗੇ ਬਹੁਤ। ਅੱਜ ਹੀ ਪੰਜਾਬ ਹੈਲਥ ਡਿਪਾਰਟਮੈਂਟ ਵੱਲੋਂ ਸਾਰੇ ਮੈਡੀਕਲ ਟੀਮ ਨਾਲ ਜਿਹੜਾ ਹੈਗਾ ਫਾਜ਼ਿਲਕਾ ਜੇਲ੍ਹ ਵਿੱਚ ਸਪੈਸ਼ਲ ਜਿਹੜਾ ਅੰਦਰ ਆਪਣੇ ਕੈਦੀ ਹੈਗੇ ਆ ਉਹਨਾਂ ਲਈ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਜਿਹੜੀ ਚਲਾਈ ਗਈ ਹੈ, ਆਈ ਥਿੰਕ ਆਲ ਓਵਰ ਪੰਜਾਬ ਹੀ ਇਹਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹਦੇ ਵਿੱਚ ਹੈਪੇਟਾਈਟਿਸ ਬੀ, ਸੀ, HIV, TB ਕੁਛ ਬਿਮਾਰੀਆਂ ਦਾ ਜਿਹੜਾ ਹੈਗਾ ਚੈੱਕਅਪ ਕੀਤਾ ਜਾ ਰਿਹਾ ਔਰ ਅਗਰ ਕੋਈ ਕਿਸੇ ਵੀ ਬਿਮਾਰੀ ਲਈ ਪੋਜ਼ਿਟਿਵ ਪਾਇਆ ਜਾਂਦਾ ਤਾਂ ਉਹਦੀ ਟ੍ਰੀਟਮੈਂਟ ਕਰਵਾਈ ਜਾਏਗੀ। ਸੋ ਬਹੁਤ ਹੀ ਅੱਛੀ ਸ਼ੁਰੂਆਤ ਹੈ ਜੀ, ਕਿਉਂਕਿ ਕਾਫ਼ੀ ਜਦੋਂ ਕਨਵਿਕਟਸ ਜਾਂ ਅੰਡਰ ਟ੍ਰਾਇਲਸ ਹੁੰਦੇ ਆ ਪ੍ਰਿਜ਼ਨ ਵਿੱਚ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਕਈ ਵਾਰੀ ਬਿਮਾਰੀਆਂ ਹੁੰਦੀਆਂ, ਸੋ ਉਹਨਾਂ ਦੀ ਹੈਲਥ ਦਾ ਧਿਆਨ ਰੱਖਣ ਲਈ ਉਹਨਾਂ ਨੂੰ ਇੱਕ ਚੰਗੀ ਹੈਲਥ ਵਾਲੇ ਪਾਸੇ ਮੋਟੀਵੇਟ ਕਰਨ ਲਈ ਬਹੁਤ ਹੀ ਅੱਛਾ ਇਨੀਸ਼ੀਏਟਿਵ। ਕਿਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀਗਾ? ਅੱਜ ਦਾ ਇਹ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਜੇਲ੍ਹ ਅੰਦਰ ਬੰਦੀਆਂ ਦੇ ਟੈਸਟ ਹੈ, ਜਿਵੇਂ ਕਿ ਪਸ਼ਵਿੰਦਰ ਸੋਰੀ HIV, TV ਅਤੇ SCV ਦੇ ਜਿਹੜੇ ਹੈਪੇਟਾਈਟਸ CB ਦੇ ਟੈਸਟ ਹੈ ਉਹਨਾਂ ਦੀ ਸਕਰੀਨਿੰਗ ਵਾਸਤੇ ਪੰਜਾਬ ਸਰਕਾਰ ਵੱਲੋਂ ਅੱਜ 15 ਜੂਨ ਆ ਜਿਹੜਾ ਉਹ ਦਿਨ ਨਿਰਧਾਰਿਤ ਕੀਤਾ ਗਿਆ। ਪੰਜਾਬ ਦੀਆਂ ਸਾਰੀਆਂ ਜ਼ਿਲ੍ਹਿਆਂ 'ਚ ਇਹ ਅੱਜ ਤੋਂ ਸ਼ੁਰੂ ਹੋਇਆ, ਇੱਕ ਹਫ਼ਤੇ ਦਾ ਪ੍ਰੋਗਰਾਮ ਹੈ, ਉਹਦੀ ਸਕਰੀਨਿੰਗ ਹੋਣੀ ਹੈ।
अज इस जेल से मानयोग ADC साहब मैडम अमनीत कौर जी, तो मानयोग SSP साहब मैडम अमनीत कौर, तो सिविल सर्जन मैडम बबीता जी, तो होर उन्हों का मैडिकल स्टाफ सारा इतने जेल से पहुँचा। उन्होंने यदि शुरुआत की है बंदियों की चंगी सेहत नरोए समाज में सृजन वास्ते। सर किस तरह की वर्किंग रहेगी, कि मतलब स्क्रीनिंग की जाएगी, कि टेस्ट लिए जाएगी, कि रोजाना इस तरह की विजिट रहेगी? नहीं, असी वैसे तो हर रोज़ ही इन्हों के पहला तो जोड़ा भी बंदी नवा आता वो टेस्ट करते हैं डेली दे डेली, पर जी इस मुहिम के तौर पर जो हर एक बंदी का जो टेस्ट वो किया जाऊगा वो बारे वो सारी जाँच करके वो प्रॉपर जी मेडिसिन शुरू की जाऊगी। कोई सर इस तरह का कोई पेशेंट पहला है भी कोई जल्दी इदा नहीं, जेकर कोई आते नहीं साढ़े को, पर उन्होंने अचेरे इलाज भी असी केंद्रीय जेल फरीदकोट शिफ्ट कर दें क्योंकि उत्थे उन्हों का पूरा प्रबंध है। इत्थे साढ़े कोल कोई मेडिकल अफसर आ, वो सिर्फ इन्हों इन्ना कि चैक कर पाँगा जिन्ना क छोट उन्होंने, बाकी जो ऐसी पोजिशन होंगी तो उन्होंने वही जेल से शिफ्ट करते हैं। कह सकते हैं कि जिस तरह जुर्म की दुनिया के अंदर लोग जाते हैं तो इतने आके आधा इलाज के नाल नाल जिते सुधार होंगे उन्हों की सेहत का, हाँ जी इस तरह का कह सकते हैं कि जिमें जुर्म की दुनिया में छड़ते हैं उस तरह बीमारी भी। हाँ, वो जुर्म की दुनिया का जेल च आके वो आपके मन पछोताप करते हैं छटते हैं, जुर्म इतने आके उन्होंने समझाया जाता है, उन्होंने सेहत वास्ते दसया जाता, बाहर उन्होंने यहोजी गल्ला कोई आम तौर पर दसदा नहीं, उत्थे यहोजी लोड़ है उन्होंने अवेयरनेस की, जो उन्होंने बाहर दसया जाए जिमें अज डॉक्टर साहब ने पूरा बकायदा दसया कि बीमारी क्यों होंगी है, किमें इंजैक्शन अगे तो अगे लगा लेंगे है ज कोई होर कई तरह सैक्सुअल होंगे है, इदा का इन्हों प्रेरित किया जाए तो ना हो, पर लोग इतने आके तो फिर हो नहीं सकता, संभव नहीं गा, तो इलाज हो जाता है तो काफ़ी हद तक लोग ठीक होकर जाते हैं। बहुत ज़्यादा फायदा मिलेगा जी, देखो घर बैठे आप हॉस्पिटल जावे दर बदर खिड़कियाँ तो जाना पेगा, इतने कोई नहीं, इतने सारा प्रशासन इन्हों को आया तो इन्हों टेस्ट कर रहा बैठ के बड़े आराम नाल अपने बैठे करा रहे हैं, कोई प्रॉब्लम वाली गल नहीं। ABN न्यूज़ चैनल देखने वाले सभी दर्शकों से हम अपील करते हैं कि ABN न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।